ਜਿਵੇਂ ਤੁਸੀਂ ਪਿਛਲੇ ਵਲੌਗ ਦੇਖਿਆ ਕਿ ਆਪਾਂ ਗਏ ਸੀ ਪਹਿਲਾਂ ਨਾਈਟ ਸਫਾਰੀ 'ਤੇ, ਉਹ ਤੋਂ ਬਾਅਦ ਗਏ ਆਪਾਂ ਅਗਲੇ ਦਿਨ ਸਵੇਰੇ ਗੁਰਦੁਆਰਾ ਸਾਹਿਬ, ਫਿਰ ਗਏ ਕੈਪਸੂਲ 'ਚ, ਕੈਪਸੂਲ ਤੋਂ ਬਾਅਦ ਆਪਾਂ ਗਏ ਹੋਟਲ, ਫਿਰ ਗਏ ਸ਼ੋਪਿੰਗ ਕਰਨ ਜਿੱਥੇ ਮੈਂ ਵਲੌਗ ਬਣਾਉਣਾ ਭੁੱਲ ਗਿਆ ਸੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਅੱਜ ਆਪਣਾ ਹੈਗਾ ਤੀਜਾ ਦਿਨ ਸਿੰਗਾਪੁਰ ਦੇ ਵਿੱਚ। ਜਿਵੇਂ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਆਪਾਂ ਰਾਤ ਨੂੰ ਗਏ ਸੀ ਬਾਜ਼ਾਰ ਸ਼ੋਪਿੰਗ ਕਰਨ, ਮੁੰਡਿਆਂ ਦੀ ਤਾਂ ਕੁਛ ਮਿਲਿਆ ਨਹੀਂ, ਕੁੜੀਆਂ ਦੀ ਜ਼ਰੂਰ ਮਿਲ ਗਿਆ, ਕੁੜੀਆਂ ਦੀ ਮਾਰਕੀਟ ਸੀ ਸਾਰੀ। ਅਤੇ ਫਿਰ ਆਪਾਂ ਜਿਵੇਂ ਦੇਖਿਆ ਤੁਸੀਂ ਬੱਸ 'ਚ ਆ ਕੇ ਵਾਪਸ ਆ ਗਏ ਸੀ, ਅਤੇ ਉੱਥੋਂ ਬਾਅਦ ਆਪਾਂ ਜਾਣਾ ਸਵੀਮਿੰਗ ਪੂਲ, ਅਤੇ ਸਵੀਮਿੰਗ ਪੂਲ ਚਲੇ ਗਏ। ਮੈਂ ਵਲੌਗ ਬਣਾਉਣਾ ਭੁੱਲ ਗਿਆ ਅਤੇ ਖਤਮ ਕਰਨਾ ਵੀ ਭੁੱਲ ਗਿਆ, ਉਹਦੇ ਲਈ ਸੋਰੀ। ਅਤੇ ਅੱਜ ਆਪਾਂ ਜਾਣਾ ਆਈਲੈਂਡ 'ਤੇ, ਉਹ ਤੋਂ ਬਾਅਦ ਜਾਣਾ ਗੋ ਕਾਰਟਿੰਗ ਕਰਨ। ਸਵੇਰ ਦੇ ਵੱਜ ਗਏ 9:30 ਵੱਜ ਗਏ, ਮੈਂ ਉੱਪਰ ਸਮਾਨ ਲੈਣ ਆਇਆ ਸੀ। ਹੁਣ ਆਪਾਂ ਜਾਣਾ ਥੱਲੇ 4th ਫਲੋਰ 'ਤੇ ਬ੍ਰੇਕਫਾਸਟ, ਬ੍ਰੇਕਫਾਸਟ ਤਾਂ ਨੋਨ ਵੈਜ ਹੋਣਾ, ਕੁਛ ਮੰਗਵਾਉਣਾ ਤਾਂ ਹੈ ਨਹੀਂ। ਲਿਫਟ ਆ ਗਈ, ਹੁਣ ਜਾਣਾ ਥੱਲੇ ਅਤੇ ਗੋ ਕਾਰਟਿੰਗ ਵੀ ਕਰਨੀ ਅੱਜ। ਅਤੇ ਅੱਜ ਲੇਟ ਆਵਾਂਗੇ ਆਪਾਂ, 8:30 ਰੂਮ 'ਚ ਆਵਾਂਗੇ। ਦੇਖੀ ਚੱਲੋ, ਲਾਈਕ ਕਮੈਂਟ ਸ਼ੇਅਰ ਪੂਰਾ ਦਬਾ ਕੇ ਕਰੋ, ਸਬਸਕ੍ਰਾਈਬ ਕਰ ਦਿਓ, ਪੂਰਾ ਸਪੋਰਟ ਕਰਿਓ। ਅਤੇ ਤੁਹਾਨੂੰ ਅੱਜ ਦਿਖਾਵਾਂਗੇ, ਅੱਜ ਪੂਰਾ ਇੰਜੋਏ ਕਰਾਵਾਂਗੇ, ਤੁਹਾਨੂੰ ਨਾਲ ਬੜੇ ਰਹੀਓ, ਐਂਡ ਤੱਕ ਵਲੌਗ ਦੇਖਿਓ। Life lessons come one in a dozen, the other 11 give something from nothing. I sit here looking for an answer. Maybe the bhai hun apa pahunch gaya cable car pe, hun apa ja rahe hain Tosha Island, utho sara din apa island te rahange. Fir aa dekho kholan lagge pe ne, ਸ਼ੋਰਟਕਟ ਲੱਭ ਰਹੇ ਨੇ। ਉਹ ਆ ਗਈ ਆਪਣੀ ਕੇਬਲ ਕਾਰ ਜੀ, ਵਾਹ ਜੀ ਵਾਹ। ਚਲੋ 8 ਪਰਸਨ ਹਾਏ, ਜਲਦੀ ਬੇਟਾ ਨਿਕਲ ਜਾਏਗੀ। ਕੇਬਲ ਕਾਰ 'ਚ ਬਹਿ ਗਏ ਜੀ, ਕੇਬਲ ਕਾਰ 'ਚ ਬਹਿ ਗਏ ਜੀ। ਪਰਮਾਤਮਾ ਸੁੱਖ ਰੱਖੇ, ਰੱਸੀ ਨਾ ਟੁੱਟ ਜਾਵੇ, ਕਿਉਂਕਿ ਵੈਸੇ ਸਾਡੇ 50-50 ਲੱਖ ਰੁਪਏ ਦੇ ਬੀਮੇ ਹੋਏ ਹੋਏ ਨੇ। ਉਹ ਬੀਮੇ ਬਸ ਮੇਰਾ ਭਾਈ ਲੈ ਲੂਗਾ, ਵੰਸ਼ ਜੋ ਜੀ ਘਰੇ ਨੇ ਉਹ ਲੈ ਸਕਦੀ ਹੈ। ਗਈ ਜੀ ਗਈ, ਵਾਹਿਗੁਰੂ ਜੀ ਸਤਨਾਮ, ਵਾਹਿਗੁਰੂ ਗਈ ਜੀ ਗਈ। ਸਾਂਭ ਲਓ, ਜੇ ਸਾਂਭ ਸਕਦੇ ਹੋ, ਹਿਲਦੀ ਹੈ, ਹਿਲਦੀ ਹੈ। ਉਹ ਆਰ ਯੂ ਫਾਈਨ? ਤੇ ਇਹ ਆਪਣੀ ਹੈ ਜੀ, ਤੇ ਆਪਾਂ ਲਿੱਤੀ ਸੀ। ਹੁਣ ਬਾਈ ਆਪਾਂ ਸਟੋਪ ਲਿੱਤਾ, ਸਟੋਪ ਲਿੱਤਾ ਸਰ,
ਇਹ ਦੂਜਾ ਆਈਲੈਟ ਆ ਗਿਆ, ਇਸ ਤੋਂ ਅਗਲੇ ਆਈਲੈਟ 'ਤੇ ਜਾਣਾ। ਆਪਣੀ ਸਾਡੀ ਫੋਟੋਆਂ ਦੇਖਣੀਆਂ ਤਾਂ ਥੱਲੇ ਇੰਸਟਾਗ੍ਰਾਮ 'ਤੇ ਸਨੈਪਚੈਟ ਆਈਡੀ ਆ ਰਹੀ ਹੋਊਗੀ, ਸਨੈਪਚੈਟ 'ਤੇ ਛੇਤੀ ਛੇਤੀ ਤੋਂ ਐਡ ਕਰੋ, ਇੰਸਟਾ 'ਤੇ ਛੇਤੀ ਤੋਂ ਛੇਤੀ ਫੋਲੋ ਕਰੋ। ਠੀਕ ਹੈ, ਲੰਗਰ ਲਾਈਏ। ਕੰਮ ਕੰਮ ਖਾਲਸਾ ਜੀ, ਉਰੇ ਲੰਗਰ ਨਹੀਂ ਲਾਉਣਾ, ਲੰਗਰ ਲੱਗੇਗਾ। ਪੁਲਿਸ ਆ ਗਈ ਖਾਲਸਾ ਜੀ, ਉਰੇ ਬੈਠਦੇ ਹਾਂ ਜੀ, ਵੈਜੀਟੇਬਲ ਪਫ ਖਾਂਦੇ ਹਾਂ, ਫਿਰ ਉਸ ਤੋਂ ਬਾਅਦ ਜਾਂਦੇ ਹਾਂ ਆਪਾਂ ਉੱਪਰ ਆਈਲੈਂਡ 'ਤੇ ਬੀਚ 'ਤੇ। ਕੀ ਹੈ ਵੈਜੀਟੇਬਲ ਪਫ ਸਵਾਦ ਹੈ, ਪੈਟੀ ਜ਼ਿਆਦਾ ਨਾੜੀ 20 ਰੁਪਏ ਮਿਲਦੀ ਹੈ, ਉਰੇ $8 ਦੀ, 8x64 ਕਰ ਲਓ, 8x64 ਅਤੇ ਤੁਹਾਨੂੰ ਮੈਂ ਤਾਂ ਕਮਜ਼ੋਰ ਹੈ, ਮੈਂ ਕੁਛ ਵੀ ਕੀਤਾ ਨਹੀਂ। 540 ਦੀ ਜੀ ਇੱਕ ਪੈਟੀ, ਸਾਡੇ 20 ਰੁਪਏ ਮਿਲਦੀ ਹੈ, 540। ਵੀ ਆਰ ਹੇਅਰ, ਦੈਨ ਵੀ ਗੋ ਟੂ ਕੇਬਲ ਕਾਰ ਐਂਡ ਦੈਨ ਗੋ ਟੂ ਸੰਤੋਸਾ ਆਈਲੈਂਡ। ਆਪਣੇ ਕੋਲ ਟਿਕਟ ਹੈਗੀ ਆ? ਹਾਂ Hello sir, how are you? Good, thank you, very good. ਉਹ ਕੀ ਕਰੀ ਜਾਂਦੇ ਹੋਰ, ਇੱਕ ਨਾ ਪੰਗੇ ਲਈ ਜਾਂਦੇ ਆਏ ਸੀ ਜੀ ਅਸੀਂ ਰਾਈਡ ਕਰਨ, ਪਰ ਸਾਡੀ ਰਾਈਡ ਦਾ ਟਾਈਮ 12 ਵਜੇ ਦਾ, ਹੁਣ 12 ਵਜੇ ਕਹਿੰਦੇ ਵੇਟ ਕਰੋ 12 ਵਜੇ ਚੱਲਾਂਗੇ ਕੈਫੇ ਮੇ। ਆਜ ਕਿਤਨੇ ਲੋਕ ਬਿਠਾ ਕੇ ਬਿਠਾਤੇ ਹੈ, ਆਓ ਵੈਲਕਮ ਸਾਹਿਬ, ਮੁਝੇ ਬਾਪ ਬਿਠਾ ਰਹੇ ਯਾਰ, ਕੋਈ ਬਾਤ ਨਹੀਂ ਯਾਰ, ਨਾ ਵੀ ਇਤਨੀ ਚੜਾਈ ਹੈ। ਸਾਨੂੰ ਤਹਿਸੀਲ ਦੇ ਕਮਰੇ ਕੋਈ ਜਾਣ ਨੂੰ ਰੋਕਿਆ ਨਹੀਂ, ਇਹਨੇ ਸਾਨੂੰ ਉਹਦੇ ਬਾਹਰ ਕੱਢਤਾ, ਕਿੰਨਾ ਫੁੱਦੂ ਕੰਮ ਹੋਇਆ ਪਿਆ, ਸਾਡੀ ਵੈਲਿਊ ਜ਼ੀਰੋ, 12 ਕੀ ਵੈਲਿਊ ਜ਼ੀਰੋ। ਟਾਈਮ ਪਾਸ ਕਰੋ, ਆਪ ਵੀ ਆ ਸਕਦੇ ਹੋ ਇੰਡੀਆ। ਮੈਂ ਗੋ ਕਾਰਟ ਕਰਨਾ, ਆ ਚਲਾਵਾਂਗੇ ਗੋ ਕਾਰਟ, ਹੁਣੀ ਸਾਡੀ ਹੁਣੀ ਲੜਾਈ ਹੋਈ ਹੈ, ਉੱਥੇ ਸਾਨੂੰ ਬੈਠਣੇ ਦੇ ਰਹੇ ਸੀ। ਆਈ ਵਿਲ ਰਿਮੂਵ ਦਿਸ ਕਾਰ, ਸਾਨੂੰ ਲੋੜ ਨਹੀਂ ਆ, ਫਿਰ ਅਸੀਂ ਪੱਗ ਬੰਨੇ ਸੀ, ਸਾਨੂੰ ਨਹੀਂ ਰੋਕਿਆ, ਸਾਡੇ ਸਾਨੂੰ ਸਾਹਮਣੇ ਕੈਬ ਪਾਈ ਸੀ, ਦੇਖੋ ਉਹ ਮੈਨੂੰ ਕਹਿੰਦਾ ਹੈਲਮਟ ਲਓ, ਸਾਨੂੰ ਨੋ ਹੈਲਮਟ, ਸਰਦਾਰ ਜੀ ਕਿੰਗ। ਹੁਣ ਸਾਡੀ ਲੜਾਈ ਹੋ ਗਈ ਆ ਜੀ, ਮੈਂ ਹੈ ਨਹੀਂ ਸੀ, ਮੈਂ ਵਲੋਗ ਨਹੀਂ ਬਣਾ ਪਾਇਆ, ਪਰ ਸੀਆ ਨੇ ਕਲਿੱਪ ਬਣਾਈ ਆ, ਉਹ ਤੁਹਾਨੂੰ ਮੈਂ ਦਿਖਾ ਦੂੰਗਾ ਕੀ ਹੋਇਆ, ਤੁਸੀਂ ਦੱਸੋ। ਹਮੇ ਉਹ ਰੈਸਟੋਰੈਂਟ ਵਾਲਾ ਕਹਿੰਦਾ ਬੈਠ ਜਾਓ, ਹਮ ਬੈਠ ਗਏ, ਉਸਕੇ ਬਾਅਦ ਉਸਕਾ ਮਾਲਕ ਆ ਗਿਆ, ਉਹ ਕਹਿੰਦਾ ਹੈ ਗੋ, ਫਿਰ ਹਮਨੇ ਉਸਕੀ ਮਾਂ ਬਹਿਨ ਕਰ ਦੀ, ਬਹਿਨ ਖੁਦ ਕੀ ਬਣਾ ਦੀ ਜ਼ਿੰਦਗੀ ਉਸਕੀ। ਮੈਂ ਹੈ ਨਹੀਂ ਸੀ, ਮੈਂ ਫੋਟੋ ਸ਼ੂਟ ਵਾਸਤੇ ਗਿਆ ਪਿਆ ਸੀ, ਮੈਨੂੰ ਪਤਾ ਨਹੀਂ ਕੀ ਗੱਲ ਕੀ ਹੈ, ਹੁਣ ਦੱਸ ਤੁਹਾਨੂੰ ਇਹਨਾਂ ਨੇ ਐਕਸਪਲੇਨ ਕਰਤੀ, ਸਾਨੂੰ ਰੈਸਟੋਰੈਂਟ 'ਚੋਂ ਕੱਢਿਆ। ਦੇਖੋ ਜੇ ਜਦ ਆਪਾਂ ਫੋਰਨ ਇੰਡੀਆ ਜਾਂਦੇ ਹਾਂ, ਆਪਾਂ ਕਹਿੰਦੇ ਹਾਂ ਫੋਰਨ ਆ ਗਏ, ਹੁਣ ਆਪਾਂ ਇਹਨਾਂ ਸ਼ਹਿਰ 'ਚ ਆਇਆ ਪੁੱਛਦੇ ਵੀ ਨਹੀਂ, ਗਾਲਾਂ ਕੱਢਦੇ ਨੇ, ਜਦੋਂ ਆਉਂਦੇ ਹਾਂ ਅਸੀਂ ਕਿੰਨੇ ਪਿਆਰ ਨਾਲ ਪੁੱਛਦੇ ਹਾਂ, ਜਦ ਆਪ ਫੋਰਨ ਆਉਂਦੇ ਆਪਾਂ ਕਿੰਨੇ ਪਿਆਰ ਨਾਲ ਗੱਲ ਕਰਦੇ ਹਾਂ ਨਾ, ਜਦੋਂ ਸਾਡੇ ਕੋਈ ਫੋਰਨ ਆਉਂਦਾ ਹੈ ਅਸੀਂ ਉਹਨੂੰ ਕਹਿੰਦੇ ਹਾਂ ਫੋਰਨ ਆਇਆ ਹਮੇ ਯਾਰ ਕੀ ਸਮਝਦੇ ਹੈ, ਚੂਤੀਆ ਵੀਡੀਓ ਬਣ ਰਹੀ ਹੈ। ਹੈਲੋ ਹਾਈ ਗਾਈਸ,
ਕ੍ਰੈਸ਼ ਹੋ ਗਏ ਕ੍ਰੈਸ਼। ਜੇ ਪੂਰਾ ਇੰਜੋਏ ਆ ਹੈਗੇ ਆਪਣੀ ਗੋ ਕਾਰਟਿੰਗ ਜੀ, ਇਹ 'ਚ ਵਲੋਗ ਬਣਾਉਣਾ ਤਾਂ ਬਹੁਤ ਮੁਸ਼ਕਲ ਹੈ, ਬਹੁਤ ਔਖਾ ਫੜਿਆ ਪਿਆ। ਇੱਧਰ ਵਲੋਗ ਬਾਰੇ ਔਖਾ ਹੋਇਆ ਪਿਆ। ਤੁਹਾਨੂੰ ਜਿੰਨਾ ਦਿਖਾ ਸਕਦਾ ਮੈਂ ਦਿਖਾ ਰਿਹਾ, ਬਹੁਤ ਮੁਸ਼ਕਲ ਹੋ ਰਹੀ ਹੈ। ਆਪਾਂ ਇੱਥੇ ਵੀ ਜਾਣਾ ਜੀ, ਹਲੇ ਫਿਰ ਆਪਾਂ ਬੀਚ 'ਤੇ ਜਾਣਾ। ਫੋਨ ਗਿਰ ਗਿਆ, ਨਵਾਂ ਲੈਣਾਂਗੇ। ਮਨ ਨੀਰਾ ਬਹੁਤ ਮੁਸ਼ਕਲ ਹੋ ਰਹੀ ਹੈ, ਉਹਦਾ ਇਕੱਲੇ ਇਕੱਲੇ ਚਲੇ ਗਏ ਮੈਨੂੰ ਛੱਡ ਕੇ ਪਿੱਛੇ, ਹੁਣ ਜੰਗਲ ਚੱਲੇ ਤੁਹਾਨੂੰ। ਹੁਣ ਬਾਈ ਆਪਾਂ ਇੱਥੇ ਗੋ ਕਾਰਟ ਕਰਕੇ ਉਰੇ ਆਏ ਹਾਂ, ਉਰੇ ਬਣਨਗੇ ਗੋ ਕਾਰਟ ਅਤੇ ਫਿਰ ਆਪਾਂ ਉੱਪਰੋਂ ਸਲਾਈਡ ਕਰਦੇ ਆਵਾਂਗੇ। ਮੇਰੇ ਖਿਆਲ ਨਾਲ ਤਾਂ ਆਈ ਹੈ, ਬਾਕੀ ਆਪਾਂ ਨੂੰ ਪਤਾ ਨਹੀਂ। ਇਹ ਸਕੈਨ ਕਰਕੇ ਜੀ ਫੋਟੋ ਦੇ ਰਹੇ ਨੇ, ਪਰ ਸਰ ਸਾਡੀ ਸਰਦਾਰਾਂ ਦੀ ਗਈ, ਹੈਲਮਟ ਦੇ ਨਾਲ ਸਕੈਨਰ ਲੱਗਿਆ ਹੋਇਆ ਸੀ, ਆਹ ਗਲਤ ਗੱਲ ਹੈ ਜੀ, ਬੜੀ ਗਲਤ ਗੱਲ ਹੈ। ਦੇ ਡਸ ਨੋਟ ਗਿਵ ਅਸ ਹੈਲਮਟ ਟੂ ਸਕੈਨ, ਦੇਰ ਇਜ਼ ਨੋ ਫੋਟੋ ਦੇਰ। ਕੇਬਲ ਕਾਰ ਉੱਪਰ ਚੱਲਿਆ, ਹੁਣ ਹੈਲਮਟ ਲੈ ਲਿਆ, ਹੈਲਮਟ ਪਹਿਲਾਂ ਪਾਇਆ ਨਹੀਂ ਸੀ, ਪਹਿਲਾਂ ਇਹਨਾਂ ਦੇ ਫੋਟੋ ਖਿੱਚ ਲਈ, ਜਿਹਨਾਂ ਦੇ ਹੈਲਮਟ ਪਾਇਆ ਸੀ ਸਾਈਡ 'ਤੇ ਸਕੈਨਰ ਲੱਗਿਆ ਹੋਇਆ, ਉਹਦੇ ਨਾਲ ਟਰੂ ਫੋਟੋ ਆਉਂਦੀ ਸੀ ਕਿ ਬਸ ਸਕੈਨ ਹੋਜੂਗਾ, ਬਸ ਫਿਰ ਸਾਡੀ ਫੋਟੋ ਆਊਗੀ। ਆਊਗੀ ਆਪਣੀ ਫੋਟੋ ਹੁਣ? ਯੈਸ ਯੈਸ। ਹੁਣ ਬਹਿ ਗਏ ਜੀ ਆਪਾਂ ਉਰੇ, ਹੁਣ ਜਾਊ ਉੱਪਰ ਹੌਲੀ ਹੌਲੀ, ਪਿੱਛੇ ਗੋ ਕਾਰਟ ਬਣੀ ਵੀ ਹੈ, ਸ਼ਾਇਦ ਗੋ ਕਾਰਟ ਨਾਲ ਆਵਾਂਗੇ ਥਰੂ, ਹੈਲਮਟ ਵੀ ਫੜ ਲਿਆ ਕਿ ਫੋਟੋ ਆ ਜਾਵੇ। ਬੈਟਰੀ ਵੀ ਡਾਊਨ ਹੋ ਗਈ ਜੀ, ਹੁਣ ਬੜੀ ਉਚਾਈਆਂ 'ਤੇ ਜਾ ਰਿਹਾ, ਦੇਖੋ ਸਟੈਂਡ ਪੂਰਾ ਓਪਨ, ਥੱਲੇ ਜੰਗਲ ਹੀ ਜੰਗਲ, ਪਕੌੜਿਆਂ ਦੀ ਆਵਾਜ਼ ਆਉਂਦੀ ਹੋਈ, ਅਤੇ ਹੁਣ ਉੱਪਰ ਜਾ ਰਿਹਾ। ਕਮਰੀਆਂ ਨੇ ਮੇਰੀਆਂ, ਡਰ ਲੱਗ ਰਿਹਾ, ਜਿੰਦਾ ਰਿਹਾ ਪਵਿੱਤ, ਧਿਆਨ ਰੱਖੀ, ਸਾਰਿਆਂ ਤੋਂ ਲੈ ਲਈ ਕਾਪੀ ਪਈ ਆ ਉੱਥੇ। ਪਿੱਛੇ ਵਿਊ ਚੈੱਕ ਕਰੋ ਜੀ ਸਾਰਾ, ਐਨ ਪੂਰਾ ਓਕੇ ਵਿਊ ਕਰ ਰਹੇ ਬਾਬੀ, ਮੁੰਡਾ ਕਰ ਦਿੰਦਾ ਕਰ, ਡਰ ਲੱਗ ਰਿਹਾ। ਹੁਣ ਬਸ ਉੱਪਰ ਪਹੁੰਚ ਕੇ ਤੁਹਾਨੂੰ ਮਿਲ ਜਾਏਗਾ, ਕਿਉਂਕਿ ਫਿਰ ਬੈਟਰੀ ਦੇ ਫੋਨ ਵੀ ਡਾਊਨ, ਦੂਜੇ ਫੋਨ ਤੋਂ ਵਲੌਗ ਕਰਦਾ, ਅਤੇ ਹੁਣ ਫੋਨ ਡਿੱਗਣਾ ਜੇ ਥੱਲੇ ਜੰਗਲ ਹੀ ਜੰਗਲ ਹੈ। ਆਹ ਨੈੱਟ ਲੁੱਕ ਨੈੱਟ ਲੱਗੇ ਪਏ ਨੇ ਬਾਈ, ਸਾਨੂੰ ਹੁਣ ਪਾਗਲ ਬਣਾਏ ਪਏ, ਅਸੀਂ ਫਿਰ ਉਰੇ ਆ ਕੇ ਦੁਬਾਰਾ ਉਹੀ ਲੋਕੇਸ਼ਨ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ, ਠੀਕ ਹੈ, ਹੁਣ ਦੁਬਾਰਾ ਉੱਥੇ ਆ ਗਏ, ਹੁਣ ਟ੍ਰੇਨ 'ਚ ਜਾ ਰਹੇ ਹਾਂ। ਹੁਣ ਬਾਈ ਦੂਜੇ ਫੋਨ ਤੋਂ ਵਲੌਗ ਸ਼ੂਟ ਕਰ ਰਿਹਾ, ਪਿੱਛੇ ਛੋਟੇ ਛੋਟੇ ਦੇਖ ਸਕਦੇ ਜੀ ਮੇਰੇ ਪਿੱਛੇ, ਬਣਾ ਨਹੀਂ ਦੇ ਫੋਨ ਕੀਤਾ ਪਿਆ ਸਨੇਕ, ਉਹ ਦੇਖੋ ਸਨੇਕ ਬੁਖਾਰ ਚੜ ਗਿਆ ਸਾਰਾ। ਮੈਂ ਗੋਰੇ ਹੋ ਕੇ ਆਏ ਸੀ, ਕਾਲੇ ਘਰਾਤੇ ਜੀ ਉਰੇ ਆ ਕੇ, ਧੁੱਪੀ ਬੜੀ ਹੈ, ਠੰਡਾ ਠੰਡਾ ਆਊਗਾ ਕੰਮ। ਥੱਲੇ ਕੀ ਹੈ, ਕੀ ਸ਼ੋਸ਼ੇਬਾਜ਼ੀ ਹੈ, ਟ੍ਰੇਨ ਜਾਊਗੀ ਹੁਣ, ਅੱਛਾ ਇਹਦੇ ਉੱਪਰ, ਇਹਦੇ ਉੱਪਰ ਜਾਊਗੀ, ਭਾਰਤੋਂ ਮਲੋ ਖੰਨਾ, ਆ ਜੀ ਆ ਗਈ ਟ੍ਰੇਨ, ਮੋਨੋਰੇਲ ਕੀ ਆ, ਇੱਕ ਹੁਣੀ ਆਈ ਜੀ, ਇੱਕ ਖੜੀ ਸੀ ਪਹਿਲਾਂ, ਮੋਨੋਰੇਲ ਹੈ, ਚਲਦੀ ਹੈ, ਪਾਈਪ ਕੇ ਉੱਪਰ ਚਲਦੀ ਹੈ, ਇਹ ਡਰਾਈਵਰ ਬੈਠਾ ਪਾਈਪ ਦੇ ਉੱਪਰ, ਗੇਟ ਬੰਦ ਆ ਸਾਇਰਨ ਅੱਗੇ ਵੀ ਹੈਗੀ, ਸਿੰਪਲ ਟ੍ਰੇਨ ਹੈ, ਉਹ ਡਰਾਈਵਰ ਹੈਲੋ ਬਾਬੇ ਜੀ।
ਵਿਊ ਚੈੱਕ ਕਰੋ ਜੀ। ਬੀਚ ਸਟੇਸ਼ਨ, ਬੀਚ ਸਟੇਸ਼ਨ ਸੈਂਟਰਲ ਬੀਚ। ਬੱਸ ਬਹਿ ਕੇ ਸੀ ਐਕੁਆਰੀਅਮ ਜਾਂਦੇ ਆ। ਨੋ ਐਂਟਰੀ ਉਧਰ ਸੇ। ਓਕੇ ਓਕੇ। ਓਏ ਇੰਗਲਿਸ਼ ਟਾਕ ਸਪੀਕ ਇਨ ਇੰਗਲਿਸ਼। ਸੋ ਵੀ ਆਰ ਫਰੋਮ ਪੰਜਾਬ। Yes. You understand? Understand kya Ambarsar ka region? ਹੁਣ ਅੰਮ੍ਰਿਤਸਰ ਗਿਆ ਹੈ। ਓਏ ਅੰਡਰਸਟੈਂਡ ਗਿਆ। ਹੀ ਕਾਂਟ ਅੰਡਰਸਟੈਂਡ ਇੰਗਲਿਸ਼। ਨੋ ਦੈਟਸ ਵਾਈ ਹੀ ਸਪੀਕਿੰਗ ਅੰਮ੍ਰਿਤਸਰ। ਯਾ ਪੰਜਾਬਣ ਮਿੱਤਰਾਂ ਦਾ ਨਾਂ ਚੱਲਦਾ ਬਗੜਾ ਟਿੰਗ ਟਿੰਗ। ਭੰਗੜਾ ਟਿੰਗ ਟਿੰਗ ਟਿੰਗ। ਸਵੇਰੇ ਦੁਕਾਨ ਚੱਲ ਪਏ। ਚੱਲ ਇੱਥੋਂ ਆਉਣੀ ਆ ਪੱਗ ਜੀ। ਜੇ ਅਸੀਂ ਪੱਗ ਨਾ ਬੰਨੀ ਹੁੰਦੀ ਪੱਕਾ ਕਰਦੇ ਹੈਨਾ। ਪੱਗ ਤੇ ਕਰਿਆ ਪੱਗ ਹੋ ਜੂਗੀ ਜੀ ਮੇਰੀ। ਜ਼ਰੂਰ ਕਰਦੇ ਬੰਨਿੰਗ ਜੰਪਿੰਗ। ਹੁਣ ਸੀਆ ਕਰ ਰਹੀ ਹੈ। ਅੰਦਰ ਸਵੀਮਿੰਗ ਪੂਲ ਵੀ ਹੈ। ਹਾਈਪਰ ਡਰਾਈਵ ਬਣਾ ਰਹੇ ਜੀ ਆਪਾਂ ਕੁਛ ਹੋਰ ਨਹੀਂ ਦੇਖ ਦੇਖ ਕੇ। ਹੁਣ ਬੰਜਿੰਗ ਜੰਪਿੰਗ ਕਰਨ ਜਾ ਰਹੇ ਹਾਂ ਜੀ। $60 ਦੀ ਇੱਕ $100 $100 ਦੀ ਇੱਕ ਪਰਸਨ ਦੀ ਹੋ ਗਈ ਹੈ। ਅਤੇ ਇੱਕ ਜਾਇੰਟ ਸਵਿੰਗ ਵੀ ਹੈ ਉਹ ਹੈਗਾ $59 ਦਾ। ਆਪਾਂ ਬੰਜਿੰਗ ਜੰਪਿੰਗ ਕਰ ਰਿਹਾ ਸੀ ਅਤੇ ਮੈਂ ਜਾਇੰਟ ਵੀਲ ਮੇਰਾ ਛੋਟਾ ਭਾਈ ਕਰ ਰਿਹਾ। ਅਤੇ ਹੁਣ ਬਸ ਟਰਬਨ ਕਹਿੰਦੇ ਉਤਾਰ ਦਿਉ ਹੈਡ ਪਾ ਰਿਹਾ। ਕਹਿੰਦੇ ਜੇ ਵੀਡੀਓ ਬਣਾਵਾਂਗੇ ਤਾਂ ਐਕਸਟਰਾ ਚਾਰਜ ਇਸ ਲਈ $60 ਤਾਂ ਬਹੁਤ ਮਹਿੰਗਾ ਕੰਮ ਪੈ ਜੂਗਾ। ਤਾਂ ਫਿਰ ਆਪਾਂ ਬੰਜਿੰਗ ਜੰਪਿੰਗ ਕਰਕੇ ਫਿਰ ਤੁਹਾਨੂੰ ਮਿਲ ਜਾ। ਅਤੇ ਪਿੱਛੇ ਸਵਿਮਿੰਗ ਪੂਲ ਬੀਚ ਦੇ ਕੋਲ ਹੀ ਇੰਨਾ ਸੋਹਣਾ ਵਿਊ ਹੈ। ਬੀਅਰ ਬਾਰ ਹੈ। ਕੋਲਡ ਡਰਿੰਕ ਪੀਏ ਹੈਡ ਪਾ ਕੇ ਤੁਹਾਨੂੰ ਫਿਰ ਮਿਲ।